अस्सलाम वालेकुम सारिआं दा, की हाल है? ठीक ठाक हो? अज असल ना मैं आंदे न कुकड़ तकरीबन 50,000 विच पै ही गए सन। इत्थे ताई चार कुकड़ आंदे न, कबूतर कुछ पुराने हन, कुछ कोटी छोटी सच कीती आई ते पिछले दिन तुहानूं विखाया भी आई व्लॉग विच, ते हुण बाकी कुछ एक कुत्ता आंदा ही, उह कुत्ता भी तुहानूं बाद विच विखाई उह फार्म ते रखो। जरा चैक करांदे आं वा तुहानूं अपने कुकड़ ते अपना शौक उहने पालिआ अज किते फिरा। कोई शौक होवे कुकड़ा वगैरह दा तो कमेंट्स करो, इंशाल्लाह तो कुकड़ विकसाइए बहुत सारे। बाकी कबूतर शबूतर आंदे नो चेक करना, मैं तो तफसील नाल एक करके दिखाना जी। आ तुसी साढ़े कबूतर चेक कर रहे हो? पहले असल साढ़े को कुछ तकरीबन 70-80 कबूतर, वह असं कबूतर दे सटे न कुछ दोस्तों, तो यह कुछ रख लैन थोड़े जे जोड़े, तो बाकी है कुकड़ चेक कर लो साढ़े। ਇਹ ਇੱਕ ਕੁੱਕੜੇ, ਇਹ ਅਸਾਂ ਹਰ ਪਿੰਜਰਾ ਵੱਖਰਾ ਸਮੇਤ ਇਹ ਸਾਰੇ ਸਾਨੂੰ ਚਾਰੇ ਕੁੱਕੜ 50,000 ਦੇ ਡੈਨ, ਅਤੇ ਪਿੰਜਰੇ ਵੀ ਉਹਦੇ ਵਿੱਚ ਹੀ ਸ਼ਾਮਿਲ ਨੇ। ਇਹ ਚੈੱਕ ਕਰ ਲਓ ਜੀ, ਇਹ ਇੱਕ ਕੁੱਕੜੇ ਅਤੇ ਇਹ ਇੱਕ ਕੁੱਕੜੇ, ਇਹ ਅਸਾਂ ਸਸਤੇ ਜਲ ਗਏ ਅਤੇ ਬਾਕੀ ਹੁਣ ਇਹਨਾਂ ਦੀ ਖੁਰਾਕ ਸ਼ੁਰਾਕ ਅਸੀਂ ਜ਼ਹੀਰ ਦੇਣ ਸ਼ੁਰੂ ਕੀਤੀ। ਅੱਜ ਪਹਿਲਾ ਦਿਨ ਨਹੀਂ ਆਏ ਅਤੇ ਅਸਾਂ ਵਰ ਖੁਰਾਕ ਸ਼ੁਰਾਕ ਵੀ ਆਉਂਦੀ ਇਹਨਾਂ ਦੀ। ਬਾਕੀ ਉਹ ਕਬੂਤਰ ਰਹੇ ਨੇ ਅਤੇ ਹੁਣ ਅੱਲਾਹ ਦਾ ਸ਼ੁਕਰ ਹੈ ਹੁਣ ਵਿਹਲੇ ਹੋ ਗਏ ਆਪਾਂ। ਅਸਾਂ ਹੁਣ ਇਹ ਕੰਮ ਕਰਨਾ ਸ਼ੌਂਕ, ਕੁੱਤੇ ਕਬੂਤਰ ਅਤੇ ਕੁੱਕੜ, ਜੇ ਕਿਤੇ ਵਿਰਾਹ ਨੂੰ ਸ਼ੌਂਕ ਹੋਵੇ ਸ਼ਿਕਾਰ ਵਗੈਰਾ ਦਾ, ਖੇਡਣ ਦਾ ਜਾਂ ਕੋਈ ਕੁੱਕੜਾਂ ਦੀ, ਤਾਂ ਵੱਧ ਸਾਡੇ ਨਾਲ ਕਮੈਂਟਸ ਹੀ ਰਾਬਤਾ ਕਰ ਲਓ। ਬਾਕੀ ਅਸੀਂ ਅਸਾਂ ਆਪਣੇ ਕੁੱਕੜ ਵਿਖਾਏ ਅਤੇ ਨਾਲੇ ਵਿਖਾਏ ਕਬੂਤਰ। ਉਮੀਦ ਹੈ ਤੁਹਾਨੂੰ ਪਸੰਦ ਆਏ ਉਸ ਸਨ, ਜੇ ਕੋਈ ਕਮੀ ਬੇਸ਼ੀ ਦੋਵਾਂ ਵਿੱਚ ਰਹਿ ਗਈ ਹੋਵੇ ਤਾਂ ਦੱਸ ਦੇਵਾਏ ਤਾਂ ਕਿ ਅਸੀਂ ਚੇਂਜ ਕਰਕੇ ਹੋਰ ਲੈ ਆਈਏ। ਬਾਕੀ ਕੁੱਤੇ ਅਸਾਂ ਦਾ ਹੀ ਇੱਕ ਹੋਰ ਵੀ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਅਤੇ ਨਾਲੇ ਫਾਰਮ ਦਾ ਚੱਕਰ ਲਗਸਾਈਏ, ਕਿਉਂਕਿ ਕੁੱਤੇ ਵੀ ਤੁਹਾਨੂੰ ਚੈੱਕ ਕਰਾਉਣੇ ਅਤੇ ਉਹ ਵੀ ਤੁਹਾਨੂੰ ਵਿਕਸਾ ਦੇ ਸਾਂ। ਨਾਲੇ ਹੁਣ ਤੁਹਾਤੋਂ ਇਜਾਜ਼ਤ ਚਾਹੁੰਦੇ ਹਾਂ ਅਤੇ ਇਜਾਜ਼ਤ ਚਾਹੁਣ ਤੋਂ ਪਹਿਲਾਂ ਇੱਕ ਦਫ਼ਾ ਮੈਂ ਤੁਹਾਨੂੰ ਪਿੰਡ ਦਾ ਨਜ਼ਾਰਾ ਕਰਾ ਦੇਣਾ ਅਤੇ ਹੁਣ ਅੱਲਾ ਦੇ ਹਵਾਲੇ। ਫਿਰ ਆਇਆ ਨੋਸ ਲੈ ਉਹਨਾਂ ਦੇ ਵੀ ਸਾਡੇ ਮਨੀ ਹੁਣ ਗਾਈ ਨਾਲ ਸਾਡੇ ਕੀਰਤਨ ਨੇ।